ਸਤਿ ਸ਼੍ਰੀ ਅਕਾਲ ਜੀ ਦੋਸਤੋ। ਆਮ ਤੌਰ 'ਤੇ ਅਸੀਂ ਦੇਖਦੇ ਹਾਂ ਕਿ ਜਿਹੜੇ ਮਸਲੇ ਕੋਰਟਾਂ ਦੇ ਵਿੱਚ ਜਾਂਦੇ ਨੇ ਤਾਂ ਫਿਰ ਕਈ ਮਸਲੇ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਜਿਹੜੇ ਬਾਹਰ ਤਾਂ ਐਂ ਲੱਗਦਾ ਵੀ ਅਸੀਂ ਐਂ ਨਹੀਂ ਕਰ ਸਕਦੇ, ਉਹ ਨਹੀਂ ਕਰ ਸਕਦੇ ਹੈਗੇ, ਅਤੇ ਪਰ ਜਦੋਂ ਮਾਣਯੋਗ ਉੱਚ ਅਦਾਲਤਾਂ ਦੇ ਕੋਲ ਇਹ ਮਸਲੇ ਜਾਂਦੇ ਨੇ ਤਾਂ ਫਿਰ ਉਹਨਾਂ ਦਾ ਕੋਈ ਹੱਲ ਨਿਕਲਦਾ। ਹੁਣ ਅੱਜ ਗੱਲ ਕਰਨ ਲੱਗੇ ਹਾਂ ਕਿ ਕੋਈ ਬੰਦਾ ਆਪਦੀ ਪ੍ਰੇਮਿਕਾ ਨੂੰ ਜੇ ਕਹੀਏ ਕਿਸ ਕਰ ਲੈਂਦਾ, ਗਲੇ ਲਗਾ ਲੈਂਦਾ, ਤਾਂ ਇਹ ਕਿੱਡਾ ਕੁ ਵੱਡਾ ਅਪਰਾਧ ਹੈ ਅਤੇ ਕੀ ਪ੍ਰੇਮਿਕਾ ਇਸ ਚੀਜ਼ ਨੂੰ ਲੈ ਕੇ ਤੁਹਾਡੇ 'ਤੇ ਪਰਚਾ ਦਰਜ ਕਰਾ ਸਕਦੀ ਹੈ? ਵੈਸੇ ਤਾਂ ਠੀਕ ਹੈ ਕਿ ਤੁਸੀਂ ਕਿਸੇ ਨਾਲ ਜ਼ੋਰ ਜ਼ਬਰਦਸਤੀ ਨਹੀਂ ਕਰ ਸਕਦੇ, ਪਰ ਦੂਜੇ ਪਾਸੇ ਇਹ ਵੀ ਹੈ ਕਿ ਆਖਿਰਕਾਰ ਅਜਿਹੇ ਮਾਮਲਿਆਂ ਦੇ ਵਿੱਚ ਜਦੋਂ ਉੱਚ ਅਦਾਲਤਾਂ ਕੋਲ ਜਾਂਦੇ ਨੇ, ਬੜੀ ਸਿਆਣਪ ਦੇ ਨਾਲ ਦੇਖੇ ਜਾਂਦੇ ਨੇ, ਤਾਂ ਫਿਰ ਆਖਰ ਪੁਲਿਸ ਦੀ ਕਈ ਵਾਰ ਉਹ ਕਾਰਵਾਈ ਦੀ ਪੋਲ ਖੁੱਲਦੀ ਹੈ ਵੀ ਜੇਕਰ ਤੁਸੀਂ ਥੋੜ੍ਹੀ ਜਿਹੀ ਸਮਝ ਦਿਖਾ ਲੈਂਦੇ ਤਾਂ ਸ਼ਾਇਦ ਇਹ ਮਾਮਲਿਆਂ ਦੀ ਲੋੜ ਨਾ ਪੈਂਦੀ। ਅੱਜ ਜਿਹੜੇ ਹਾਈਕੋਰਟ ਦੇ ਇੱਕ ਫੈਸਲੇ ਦਾ ਮੈਂ ਜ਼ਿਕਰ ਕਰਨ ਲੱਗਿਆਂ, ਹੋ ਸਕਦਾ ਕਿ ਬਹੁਤ ਸਾਰੇ ਲੋਕ ਇਸ ਚੀਜ਼ ਦੇ ਨਾਲ ਸਹਿਮਤ ਹੋਣ, ਹੋ ਸਕਦਾ ਕੁਝ ਅਸਹਿਮਤ ਵੀ ਹੋਣ, ਪਰ ਗੱਲ ਇਹ ਹੈ ਵੀ ਜਦੋਂ ਮਾਣਯੋਗ ਅਦਾਲਤ ਨੇ ਫੈਸਲਾ ਸੁਣਾਇਆ ਤਾਂ ਲਾਜ਼ਮੀ ਜੀ ਗੱਲ ਹੈ ਕਿ ਇਹਦਾ ਅਸਰ ਦੂਰ ਤੱਕ ਜਾਊਗਾ, ਅਤੇ ਨਾਲ ਇਹ ਵੀ ਹੈ ਕਿ ਆਉਂਦੇ ਸਮੇਂ ਦੇ ਦੌਰਾਨ ਜਾਂ ਹੋ ਸਕਦਾ ਕਈ ਜਗ੍ਹਾ 'ਤੇ ਚੱਲ ਰਹੇ ਹੋਣ, ਤਾਂ ਇਹ ਉਹਨਾਂ ਲੋਕਾਂ ਦੇ ਲਈ ਹੈ ਕਿ ਜਦੋਂ ਆਮ ਤੌਰ 'ਤੇ ਕਈ ਵਾਰ ਕੁੜੀਆਂ ਦੇ ਨਾਲ ਇਸ਼ਕ ਮੁਹੱਬਤ ਲੋਕਾਂ ਨੂੰ ਹੁੰਦਾ, ਉਹਦੇ ਵਿੱਚ ਹੁੰਦਾ ਇਹ ਹੈ ਵੀ ਕਹਾਣੀ ਕਿਸੇ ਨਾ ਕਿਸੇ ਐਂਗਲ 'ਤੇ ਜਾ ਕੇ ਵਿਗੜ ਜਾਂਦੀ ਹੈ, ਫਿਰ ਮਾਮਲਾ ਪਰਚਿਆਂ ਤੱਕ ਪਹੁੰਚਦਾ ਅਤੇ ਫਿਰ ਹਾਲਾਤ ਕਈ ਵਾਰੀ ਬਹੁਤ ਔਖੇ ਹੋ ਜਾਂਦੇ ਨੇ ਕਿਉਂਕਿ ਮੁੰਡੇ 'ਤੇ ਹੀ ਸਾਰੀ ਕਹਾਣੀ ਗਿਰਦੀ ਹੈ। ਕੁੜੀ ਦੇ ਪਰਿਵਾਰ ਵਾਲੇ ਕਦੇ ਗੱਲ ਮੰਨਣ ਨੂੰ ਛੇਤੀ 'ਤੇ ਤਿਆਰ ਨਹੀਂ ਹੁੰਦੇ ਕਿ ਇਹ ਚੀਜ਼ ਆਮ ਹੈ, ਖਾਸ ਹੈ, ਜਾਂ ਫਿਰ ਜਾਣਬੁੱਝ ਕੇ ਕਰਤੀ, ਜਾਂ ਫਿਰ ਅਪਰਾਧ ਹੈ। ਹੁਣ ਅੱਜ ਜਿਹੜੇ ਮਾਮਲੇ ਦੀ ਜ਼ਿਕਰ ਕਰ ਰਿਹਾ, ਇਹਦੇ ਵਿੱਚ ਮਾਣਯੋਗ ਅਦਾਲਤ ਨੇ ਮੁੰਡੇ ਨੂੰ ਰਾਹਤ ਦਿੱਤੀ ਹੈ ਅਤੇ ਉਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਇੱਕ ਇਹਦੇ 'ਚ ਕੋਈ ਕਾਰਵਾਈ ਕਰਨ ਵਾਲੀ ਗੱਲ ਦੀ ਜ਼ਰੂਰਤ ਨਹੀਂ ਹੈਗੀ ਜੇਕਰ ਇਹਨੂੰ ਅਸੀਂ ਸੱਚ ਵੀ ਮੰਨ ਲਈਏ। ਮਾਮਲਾ ਜਦੋਂ ਪਹੁੰਚਿਆ ਮਾਣਯੋਗ ਅਦਾਲਤ ਦੇ ਵਿੱਚ, ਉਹਦੇ 'ਚ ਸੀ ਕਿ ਕੋਈ ਬੰਦਾ ਆਪਦੀ ਪ੍ਰੇਮਿਕਾ ਨੂੰ ਜੇਕਰ ਕਿਸ ਕਰ ਲੈਂਦਾ, ਚੁੰਮ ਲੈਂਦਾ, ਗਲੇ ਲਗਾ ਲੈਂਦਾ, ਤਾਂ ਇਹ ਕੀ ਅਪਰਾਧ ਹੈ? ਅਜਿਹਾ ਇੱਕ ਮਾਮਲਾ ਜਦੋਂ ਹਾਈਕੋਰਟ ਦੇ ਵਿੱਚ ਪਹੁੰਚਿਆ ਤਾਂ ਸੁਣਵਾਈ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਪ੍ਰੇਮਿਕਾ ਦੇ ਪ੍ਰੇਮ ਕਰਨ ਵਾਲੇ ਦੇ ਯੁਵਕ ਅਤੇ ਯੁਵਤੀ ਦੇ ਵਿੱਚ ਗਲੇ ਲੱਗਣਾ ਅਤੇ ਕਿਸ ਕਰਨਾ ਇੱਕ ਸੁਭਾਵਿਕ ਗੱਲ ਹੈ। ਯੌਨ ਉਤਪੀੜਨ ਦੇ ਆਰੋਪਾਂ ਦੇ ਸਾਹਮਣਾ ਕਰ ਰਹੇ ਇੱਕ ਯੁਵਕ ਨੂੰ ਵੱਡੀ ਰਾਹਤ ਦਿੰਦੇ ਹੋਏ ਕੋਰਟ ਨੇ ਇਹ ਟਿੱਪਣੀ ਕਰੀ ਹੈ। ਕੋਰਟ ਨੇ ਵੀ ਕਿਹਾ ਲਾਈਵਲਾ ਦੀ ਇਹ ਰਿਪੋਰਟ ਦਾ ਹੈ ਜਿਹਦੇ ਅਨੁਸਾਰ ਇਹ ਗੱਲ ਕਹੀ ਕਿ ਯਾਚਿਕਾ ਦੇ ਵਿੱਚ ਸੁਣਵਾਈ ਕਰਦੇ ਹੋਏ ਜਸਟਿਸ ਆਨੰਦ ਵੈਂਕਟੇਸ਼ ਨੇ ਕਿਹਾ ਕਿ IPC ਦੀ ਧਾਰਾ 354A ਬ੍ਰੈਕਟ 1 ਦੇ ਤਹਿਤ ਅਪਰਾਧ ਹੋਣ ਲਈ ਪੁਰਸ਼ ਦੇ ਵੱਲੋਂ ਸਰੀਰਕ ਸੰਪਰਕ ਬਣਾਉਣਾ ਜ਼ਰੂਰੀ ਹੈ। ਕਿਸ਼ੋਰ ਅਵਸਥਾ ਦੇ ਵਿੱਚ ਪ੍ਰੇਮ ਪ੍ਰਸੰਗ ਦੇ ਚੱਲਦੇ ਰਹੇ ਦੋ ਲੋਕਾਂ ਦੇ ਵਿੱਚ ਗਲੇ ਲੱਗਣਾ, ਚੁੰਮਣਾ ਸੁਭਾਵਿਕ ਹੈ ਅਤੇ ਕਿਸੇ ਤਰ੍ਹਾਂ ਦਾ ਅਪਰਾਧ ਨਹੀਂ ਹੈ। ਦਰਅਸਲ ਸੰਤਨ ਗਣੇਸ਼ ਨਾਮਕ ਇੱਕ ਵਿਅਕਤੀ ਨੇ ਕੋਰਟ ਦੇ ਵਿੱਚ ਯਾਚਿਕਾ ਦਾਖਲ ਕਰਦੇ ਹੋਏ ਆਲ ਵੂਮਨ ਪੁਲਿਸ ਸਟੇਸ਼ਨ ਦੇ ਤਰਫ ਉਹਨਾਂ ਦੇ ਖਿਲਾਫ ਦਰਜ ਕੀਤੀ FIR ਰੱਦ ਕਰਨ ਦੀ ਮੰਗ ਕੀਤੀ ਗਈ ਸੀ। ਆਰੋਪ ਸੀ ਕਿ ਸ਼ਿਕਾਇਤਕਰਤਾ ਨੇ ਯਾਚਿਕਾਕਰਤਾ ਦੇ 13 ਨਵੰਬਰ 2022 ਨੂੰ ਇੱਕ ਜਗ੍ਹਾ 'ਤੇ ਬੁਲਾਇਆ, ਉਹਦੇ ਨਾਲ ਉਹਨਾਂ ਦੇ ਵਿੱਚ ਗੱਲਬਾਤ ਹੁੰਦੀ ਹੈ, ਫਿਰ ਯਾਚਿਕਾਕਰਤਾ ਨੇ ਕਿਹਾ ਕਿ ਸ਼ਿਕਾਇਤਕਰਤਾ ਨੂੰ ਉਹ ਗਲੇ ਲਗਾ ਲੈਂਦਾ ਅਤੇ ਉਹ ਚੁੰਮ ਲੈਂਦਾ। ਸ਼ਿਕਾਇਤਕਰਤਾ ਨੇ ਇਸ ਘਟਨਾ ਦੀ ਜਾਣਕਾਰੀ ਆਪਦੇ ਮਾਤਾ ਪਿਤਾ ਨੂੰ ਦਿੱਤੀ, ਯਾਨੀ ਕਿ ਜਿਹੜੀ ਕੁੜੀ ਸੀਗੀ। ਉਦੋਂ ਬਾਅਦ ਯਾਚਿਕਾਕਰਤਾ ਨੇ ਵਿਆਹ ਦਾ ਦਬਾਅ ਬਣਾਇਆ ਪਰ ਉਹਨਾਂ ਨੇ ਸਾਫ਼ ਤੌਰ 'ਤੇ ਮਨ੍ਹਾ ਕਰਤਾ ਮੁੰਡੇ ਨੇ। ਇਦੋਂ ਬਾਅਦ ਸ਼ਿਕਾਇਤਕਰਤਾ ਦੇ ਵੱਲੋਂ ਇਹ ਮਾਮਲਾ ਜਿਹੜਾ ਇੱਕ ਪੁਲਿਸ ਸਟੇਸ਼ਨ ਦੇ ਵਿੱਚ ਦਿੱਤਾ ਗਿਆ ਅਤੇ FIR ਆ ਜਿਹੜੀ ਉਹ ਦਰਜ ਹੋ ਜਾਂਦੀ ਹੈ। ਕੋਰਟ ਨੇ ਇਸ ਮਾਮਲੇ ਦੇ ਵਿੱਚ ਸੁਣਵਾਈ ਕਰਦੇ ਹੋਏ ਯਾਚਿਕਾਕਰਤਾ ਨੂੰ ਰਾਹਤ ਦਿੰਦੇ ਹੋਏ ਕੋਰਟ ਨੇ ਕਿਹਾ ਕਿ ਜਿਹੜੇ ਆਰੋਪ ਲਾਏ ਗਏ ਨੇ ਜੇਕਰ ਅਸੀਂ ਉਹਨਾਂ ਨੂੰ ਸੱਚ ਵੀ ਮੰਨ ਲਈਏ ਤਾਂ ਵੀ ਇਹ ਇਸ ਮਾਮਲੇ ਦੇ ਵਿੱਚ ਕੋਈ ਕਾਨੂੰਨੀ ਕਾਰਵਾਈ ਦੀ ਜ਼ਰੂਰਤ ਨਹੀਂ ਦਿਖਦੀ ਹੈਗੀ। ਹੁਣ ਜੇ ਕਹੀਏ ਕਿ ਮਾਣਯੋਗ ਅਦਾਲਤਾਂ ਦੇ ਵਿੱਚ ਤਾਂ ਜਾ ਕੇ ਲੋਕਾਂ ਨੂੰ ਇਨਸਾਫ ਮਿਲ ਜਾਂਦਾ, ਪਰ ਇੱਕ ਵਾਰੀ ਤੁਸੀਂ ਦੇਖੋ ਕਿ ਇਸ ਤਰ੍ਹਾਂ ਦੇ ਨਾਲ ਕਿਵੇਂ ਵੱਡੇ ਤੌਰ ਦੇ ਉੱਤੇ ਸਮੱਸਿਆ ਖੜੀ ਹੋ ਜਾਂਦੀ ਹੈ। ਇਹ ਮਸਲਾ ਮਦਰਾਸ ਹਾਈਕੋਰਟ ਦਾ, ਜਿਸ ਤੋਂ ਬਾਅਦ ਇਹ ਫੈਸਲਾ ਆਇਆ। ਵੱਡੀਆਂ ਉੱਚ ਅਦਾਲਤਾਂ ਦੇ ਜਦੋਂ ਮਸਲੇ ਆਉਂਦੇ ਨੇ ਤਾਂ ਉਹਨਾਂ ਦੇ ਵਿੱਚ ਇਹ ਹੁੰਦਾ ਫੈਸਲਿਆਂ 'ਤੇ ਕਿ ਇਹ ਰੈਫਰੈਂਸ ਤੌਰ ਦੇ ਉੱਤੇ ਅੱਗੇ ਕਈ ਵਾਰੀ ਰੈਫਰੈਂਸ ਤੁਸੀਂ ਵਕੀਲ ਦਿੰਦੇ ਦੇਖੇ ਹੋਣੇ। ਪਰ ਇੱਕ ਗੱਲ ਇਹ ਵੀ ਸਥਿਤੀ ਸਪਸ਼ਟ ਹੁੰਦੀ ਹੈ ਵੀ ਯਾਰ ਜੇਕਰ ਕਿਸੇ ਨੇ ਪ੍ਰੇਮੀ ਨੇ ਆਪਦੀ ਪ੍ਰੇਮਿਕਾ ਨੂੰ ਚੁੰਮ ਲਿਆ, ਕਿਸ ਕਰ ਲਿਆ ਅਤੇ ਉਹਨੂੰ ਗਲੇ ਲਾ ਲਿਆ, ਤਾਂ ਇਹਦੇ ਨਾਲ ਕੋਈ ਅਪਰਾਧ ਨਹੀਂਗਾ ਇਹ ਬਣਦਾ ਹੈਗਾ। ਇਹ ਮਾਮਲੇ ਤਾਂਹੀਓ ਆਮ ਤੌਰ 'ਤੇ ਕਈ ਵਾਰ ਮੈਂ ਇਸ ਤਰ੍ਹਾਂ ਦੇ ਸਾਂਝੇ ਕਰਦਾ, ਉਹਦਾ ਭਾਵ ਇਹ ਹੁੰਦਾ ਵੀ ਇਹ ਛੋਟੀ ਛੋਟੀ ਗੱਲਾਂ ਕਈ ਵਾਰੀ ਲੋਕ ਨੇ ਜਿਹੜੇ ਇਹਦੇ ਦੇ ਸਮੱਸਿਆ ਦੇ ਚੱਕਰ ਦੇ ਵਿੱਚ ਕੋਰਟ ਕੇਸ ਨੇ ਜਿਹੜੇ ਉਹ ਕੋਰਟ ਕੇਸ ਨੇ ਉਹਨਾਂ 'ਚ ਉਲਝੇ ਦਿਖਾਈ ਦਿੰਦੇ ਨੇ।